हाँ जी, एक वारदात 20/12/2022 भवानीगढ़ पुलिस स्टेशन दे रही हुई सी, जिथे एक ट्रक चोरी किया गया सी। वारदात से एक वैगनार कार वरती गई सी। साढ़े DSP भवानीगढ़ ते SHO भवानीगढ़ की टीम ने बहुत मेहनत के नाल पिछले 10 दिनों की अपनी कारगुजारी ते मेहनत के नाल जिहड़ा हैगा दो दोषी काबू किए। तो दो दोषी काबू करने तो बाद जिहड़ा हैगा इतों खुलासा होया हैगा कि इंटरस्टेट ट्रक चोरी गिरोह हैगा, जिन्हें हिमाचल प्रदेश तो दो वारदातें की हैगी। चार केस इहदे फतेहगढ़ साहब तो चोरी दे हैगे, ते दो केस इहदे मोहाली तो हैगे, उस तो अलावा पटियाले दे केस हैगे, ते संगरूर दा एक साडा केस हैगा। इस तो और भी वारदातों का खुलासा हो सकता हैगा। तो इन्हां तो हाले तक असीं अरैसट करके वैगनार कार रिकवर की हैगी। जिहड़े ट्रक्स जिथे इन्हें बेचे हैगे वह कबाड़ी आइडेंटीफाई हो गया हैगा, ते वह भी जल्दी फड़ के ते उत्तों रिकवरीज फरदर ਕਿਤੇ ਜਾਣਗੇ। ਸਾਰੇ ਟਰੱਕ ਹੀ ਉੱਥੇ ਕਬਾੜ 'ਚ ਵੇਚਦੇ ਸੀ ਜਾਂ ਕਿਸੇ ਨੂੰ ਵੈਸੇ ਵੇਚ ਦਿੰਦੇ ਸੀ ਨੰਬਰ ਪਲੇਟ ਚੇਂਜ? ਉਹ ਅਸੀਂ ਹਲੇ ਇਨਵੈਸਟੀਗੇਟ ਕਰ ਰਹੇ ਹਾਂ, ਕਿਉਂਕਿ ਜਿਹੜਾ ਪ੍ਰਾਇਮਰੀ ਜਿਹੜਾ ਆਇਆ ਹੈਗਾ ਉਹ ਹਰਿਆਣਾ ਦੇ ਏਰੀਆ 'ਚ ਜਾ ਕੇ ਕਬਾੜੇ ਨੂੰ ਆ ਕੇ ਦੇ ਦਿੰਦੇ ਹੁੰਦੇ ਸੀਗੇ। ਹੁਣ ਆ ਕੇ ਉਹ ਟਰੱਕ ਨੰਬਰ ਪਲੇਟ ਚੇਂਜ ਕਰਕੇ ਵੇਚ ਦਿੰਦਾ ਸੀਗਾ ਜਾਂ ਉਹਨਾਂ ਨੂੰ ਡਿਸਮੈਂਟਲ ਕਰਕੇ ਵੇਚਦਾ ਸੀਗਾ, ਉਹ ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਸਾਹਮਣੇ ਆਏਗਾ। ਪਾਤੜਾਂ ਦੇ ਵਿੱਚ ਵੀ ਹੈ ਨਾ ਕਾਫੀ ਟਰੱਕ ਜਿਹੜੇ ਹੈਗੇ ਨੇ ਸ਼ਾਇਦ ਜਿਹੜੇ ਡਿਸਮੈਂਟਲ ਕੀਤੇ ਜਾਂਦੇ ਨੇ ਉੱਥੇ? ਹੋ ਜਿੱਥੇ ਵੀ ਜਿੱਥੇ ਜਿਹਦਾ ਜਿੱਦਾਂ ਲਿੰਕ ਆਏਗਾ ਉਹ ਸਾਰੇ ਇਸ 'ਚ ਬੁੱਕ ਕੀਤੇ ਜਾਣਗੇ, ਅਤੇ ਉਹਦੇ ਉਹਨਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਟੋਟਲ ਕਿੰਨੇ ਬੰਦੇ ਅਰੈਸਟ ਕੀਤੇ ਗਏ? ਦੋ ਬੰਦੇ ਅਰੈਸਟ ਕੀਤੇ ਗਏ ਹੈਗੇ, ਦੋ ਹੋਰ ਆਇਡੈਂਟੀਫਾਈਡ ਹੈਗੇ ਜਿਨ੍ਹਾਂ ਨੂੰ ਛੇਤੀ ਅਰੈਸਟ ਕੀਤਾ ਜਾਏਗਾ। ਮੋਟਰਸਾਈਕਲ ਗਰੋਹ ਦੇ ਸਰ ਕਿਸ ਤਰ੍ਹਾਂ? ਹਾਂਜੀ, ਇਸ ਤੋਂ ਇਲਾਵਾ ਸਾਡੀ ਉਹੀ SHO ਭਵਾਨੀਗੜ੍ਹ ਸਾਡੇ SHO ਭਵਾਨੀਗੜ੍ਹ ਅਤੇ DSP ਭਵਾਨੀਗੜ੍ਹ ਦੀ ਟੀਮ ਨੇ ਸਾਡੇ SPD ਅਤੇ SP ਹੈੱਡਕੁਆਰਟਰ ਦੀ ਅਗਵਾਈ ਹੇਠ ਵੱਖ ਵੱਖ ਟੀਮਾਂ ਬਣਾ ਕੇ ਅਸੀਂ ਜਿਹੜੀ ਮੋਟਰਸਾਈਕਲ ਚੋਰੀ ਦੀ ਜਿਹੜੀ ਵਾਰਦਾਤਾਂ ਹੋ ਰਹੀ ਸੀਗੀ ਉਹਦੇ ਖਿਲਾਫ਼ ਇੱਕ ਮੁਹਿੰਮ ਛੇੜੀ ਹੋਈ ਹੈਗੀ, ਅਤੇ ਉਸੀ ਕੜੀ 'ਚ ਇਹਨਾਂ ਨੇ 3 ਬੰਦੇ ਗ੍ਰਿਫਤਾਰ ਕੀਤੇ। ਪਹਿਲਾਂ 2 ਬੰਦੇ ਗ੍ਰਿਫਤਾਰ ਕਰਕੇ ਉਹਨਾਂ ਤੋਂ ਇੱਕ ਮੋਟਰਸਾਈਕਲ ਰਿਕਵਰ ਕੀਤਾ। ਫਰਦਰ ਪੁੱਛਤਾਛ ਦੇ ਦੌਰਾਨ ਇੱਕ ਕਬਾੜਿਆ ਜਿਹਨੂੰ ਅੱਗੇ ਮੋਟਰਸਾਈਕਲ ਵੇਚਦੇ ਸੀਗੇ ਉਹ ਕਬਾੜਿਆ ਫੜਿਆ, ਅਤੇ ਹੁਣ ਤੱਕ 15 ਮੋਟਰਸਾਈਕਲ ਅਸੀਂ ਚੋਰੀ ਦੇ ਰਿਕਵਰ ਕਰ ਚੁੱਕੇ ਹਾਂ। ਹਾਲੇ ਹੋਰ ਫਰਦਰ ਆ ਗਏ ਅਤੇ ਰਿਕਵਰੀ ਹੋਣ ਦੇ ਚਾਂਸਿਸ ਹੈਗੇ, ਅਤੇ ਇਹਦੇ 'ਚ 3 ਆਦਮੀ ਗ੍ਰਿਫਤਾਰ ਕਰ ਲਿੱਤੇ ਗਏ ਹੈਗੇ, 3 ਆਦਮੀ ਹੋਰ ਗ੍ਰਿਫਤਾਰ ਕਰਨੇ ਬਾਕੀ ਹੈਗੇ। ਅਤੇ ਆਹ ਜਿਹੜਾ ਹੈਗਾ ਇੰਟਰ ਡਿਸਟ੍ਰਿਕਟ ਚੋਰ ਗਿਰੋਹ ਹੈਗਾ, ਜਿਹੜਾ ਪਟਿਆਲੇ 'ਚ ਸਮਾਣਾ, ਨਾਭਾ, ਬਰਨਾਲਾ, ਸੰਗਰੂਰ ਇਸ ਏਰੀਏ 'ਚ ਮੋਟਰਸਾਈਕਲ ਚੋਰੀ ਕਰਦਾ ਸੀਗਾ, ਅਤੇ ਉਸ ਤੋਂ ਬਾਅਦ ਭਵਾਨੀਗੜ੍ਹ ਦਾ ਇੱਕ ਕਬਾੜਿਆ ਹਾਲੇ ਤੱਕ ਆਇਡੈਂਟੀਫਾਈ ਕੀਤਾ ਹੈਗਾ, ਅਰੈਸਟ ਕੀਤਾ ਹੈਗਾ। ਉਸ ਤੋਂ ਇਲਾਵਾ ਵੀ ਹੋ ਸਕਦਾ ਕਿਸੇ ਹੋਰ ਨੂੰ ਵੇਚਦੇ ਹੋਣ, ਅਤੇ ਉਹ ਆਇਡੈਂਟੀਫਾਈ ਕਰਕੇ ਅਤੇ ਅਰੈਸਟ ਕੀਤੇ ਜਾਣਗੇ। ਨਹੀਂ ਨਹੀਂ ਸਾਰੇ ਅਲੱਗ ਅਲੱਗ ਕੰਪਨੀ ਦੇ ਹੈਗੇ ਮੋਟਰਸਾਈਕਲ, ਅਤੇ ਉਹ ਡਿਟੇਲਸ ਅਸੀਂ ਤੁਹਾਨੂੰ ਸ਼ੇਅਰ ਕਰ ਦਾਂਗੇ।